हां जी हां जी। ਬਲਾਈਏ ਬਲਾਈਏ। ਅਮਰਜੋਤ ਸਿੰਘ ਬੋਲ ਰਿਹਾ ਐ ਐਡਮਿੰਟਨ ਤੋਂ ਮੇਰੇ ਨਾਲ ਜੁੜੇ ਹੋਏ ਆ ਨਬੀਲ ਕਿਹੜੀ ਜਗ੍ਹਾ ਤੋਂ ਕਾਲ ਕਰਦੇ ਨਬੀਲ? ਪੰਜਾਬ ਪਾਕਿਸਤਾਨ। ਪੰਜਾਬ ਪਾਕਿਸਤਾਨ ਤੋਂ ਵਾਹ ਜੀ ਵਾਹ। ਦੱਸੋ ਕਿੰਨਾ ਪਹਿਲੇ ਕਦ ਟਾਈਮ ਕਿਥਾਂ ਹੋਇਆ ਤੇ ਕਾਫੀ ਲੇਟ ਹੋ ਗਿਆ ਨਾ ਮੇਰੇ ਖਿਆਲ ਦਾ 2 2 ਵਜ ਗਏ ਉਹਨੇ ਰਾਤ ਦੇ ਸ਼ ਹੈ। ਹਾਂ ਜੀ ਤਕਰੀਬਨ ਸਾਢੇ 3 ਹੋ ਰਹੇ ਨੇ ਅਸੀਂ ਹੁਣ ਰਾਤ ਸੌਂਈਦਾ ਨਹੀਂ ਸਾਰੀ ਕਰਕੇ ਸੌਂਦਾ ਸਵੇਰ ਟਾਈਮ। ਕੀ ਬਾਤ ਹੈ ਕੀ ਬਾਤ ਹੈ ਸਟੱਡੀ ਕਰੀ ਸਟੱਡੀ ਕਰ ਰਹੇ ਹਾਂ। ਨਹੀਂ ਹਲੇ ਉਹ तकरीबन 7:30 ਵਜੇ ਟਾਈਮ ਹੁੰਦਾ ਹਲੇ ਨਹੀਂ ਅੱਛਾ 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 ਠੀਕ ਹੈ ਠੀਕ ਹੈ ਅੱਛਾ ਤੁਹਾਡੇ ਤੋਂ ਚੱਲ ਰਿਹਾ ਨਾ ਅਸੀਂ ਰਮਜ਼ਾਨ ਦਾ ਟਾਈਮ ਚੱਲਿਆ ਸ਼ਾਇਦ ਹਾਂਜੀ ਹਾਂਜੀ ਅੱਛਾ ਸੌਰੀ ਸੌਰੀ ਆਈ ਡਿਡਨਟ ਅੰਡਰਸਟੈਂਡ ਠੀਕ ਹੈ ਬੋਲੋ ਜੀ ਹੁਕਮ ਕਰੋ ਕੀ ਹੈ ਕੀ ਸਵਾਲ ਹੈ ਤੁਸੀਂ ਪੁੱਛਣਾ ਕੀ ਹੋਣਾ ਅੰਕਲੀ ਮੇਰੇ ਨਾਲ ਹੁਣੇ ਹੀ ਸਾਡੇ ਇਥੇ 12ਵੇਂ ਦੇ ਪੇਪਰ ਹੋਏ ਨੇ 12ਵੇਂ ਤੋਂ ਬਾਅਦ ਹੀ ਕਿਸੇ ਯੂਨੀਵਰਸਿਟੀ 'ਚ ਦਾਖਲਾ ਲਈਦਾ ਨਾ ਓਕੇ ਤੇ 12ਵੀਂ ਦਾ ਮੇਰਾ ਰਿਜ਼ਲਟ ਆ ਗਿਆ ਮੇਰੇ 70% ਮਾਰਕਸ ਆਏ ਨੇ ਓਕੇ ਤੇ ਮੈਂ ਹੁਣ ਜਾਂਦਾ ਸੀ ਕਿ ਮੈਂ ਕੈਨੇਡਾ ਦਾ ਨਾ ਸਟੱਡੀ ਵੀਜ਼ਾ ਅਪਲਾਈ ਕਰਾਂ ਕੀ ਬਾਤ ਹੈ ਸਟੱਡੀ ਵੀਜ਼ਾ ਅਪਲਾਈ ਕਰੋ ਕਰ ਲੋ ਅਪਲਾਈ ਕਰੋ ਹਾਂਜੀ ਤੇ ਉਹ ਮੇਰਾ ਨਾ ਇੱਕ ਸਵਾਲ ਸੀ ਕਿ ਮੇਰਾ ਇੱਕ ਕਜ਼ਨ ਹੈ ਉਹ ਵੀ ਇੰਗਲੈਂਡ ਕੈਨੇਡਾ ਹੀ ਹੁੰਦਾ ਉਹ ਵੀ ਹਮ ਹੂੰ ਉਹਦੇ ਨਾਲ ਮੈਂ ਡਿਸਕਸ ਕੀਤਾ ਸੀ ਉਹਨੂੰ ਮੈਂ ਕਿਹਾ ਸੀ ਯਾਰ ਅਗਰ ਕਿ ਮੈਂ ਕੈਨੇਡਾ ਦੇ ਵਿੱਚ ਆ ਜਨਾ ਮੈਂ ਸਟੂਡੈਂਟ ਵੀਜ਼ਾ ਮੇਰਾ ਲੱਗ ਜਣਾ ਆਸਾਨੀ ਦੇ ਨਾਲ ਸਾਰੇ ਰਿਸ਼ਤੇਦਾਰ ਵੀ ਕਹਿ ਰਹੇ ਅੱਛੇ ਨੰਬਰ ਨੇ ਆਇਸੋ ਵੀ ਠੀਕ ਨੇ ਅੱਛਾ ਸਾਨੀਆ ਲੱਗਾਇਆ ਵੀਜ਼ਾ ਠੀਕ ਹੈ ਤੇ ਅੱਲਾ ਕਰੇ ਯਕੀਨ ਤੇ ਹੈ ਬਾਕੀ ਸੈਲਫ ਕੰਫੀਡੈਂਸ ਬਾਕੀ ਤੇ ਅੱਲਾ ਤੇ ਜੋ ਕਰੇਗਾ ਵਹਿਤਰੀ ਹੋਏਗਾ ਉਹ ਬਿਹਤਰੀਨ ਪਲੈਨਰ ਜੋ ਵੀ ਸੋਚਾ ਸਾਡੇ ਹਾਸੇ ਅੱਛਾ ਕੋਸ਼ਿਸ਼ ਕੋਸ਼ਿਸ਼ ਤੇ ਕਰੀ ਤੇ ਨਤੀਜਾ ਅੱਲਾ ਤੋਂ ਹਾਂਜੀ ਬਿਲਕੁਲ ਬਿਲਕੁਲ ਆਪਣੀ ਹਿੰਮਤ ਮਾਰਨੀ ਚਾਹੀਦੀ ਬਾਕੀ ਸਭ ਫਲ ਮਿਲੇ ਨਾ ਮਿਲੇ ਉਹ ਅੱਲਾ ਦੇ ਹੱਥ ਚ ਠੀਕ ਹੈ ਤੇ ਨਾ ਜੀ ਮੈਂ ਚਾਹੁੰਦਾ ਸੀ ਕਿ ਅਗਰ ਮਿਸਾਲ ਲਾਵਾਂ ਮੈਂ ਆਜਾ ਨਾ ਕੈਨੇਡਾ ਦੇ ਸਟੱਡੀ ਵੀਜ਼ਾ ਮੇਰਾ ਲੱਗ ਗਿਆ ਤੇ ਯਾਨੀ ਕਿ ਹੁਣ ਮੈਂ 5 ਸਾਲ ਦੀ ਡਿਗਰੀ ਚ ਆਵਾਂਗਾ ਜਾਂ 3 ਸਾਲਾਂ ਦੀ ਡਿਗਰੀ ਚ ਆਵਾਂਗਾ ਠੀਕ ਮੈਂ ਹੁਣ ਯਾਨੀ ਕਿ ਜੋ ਕਮਾਵਾਂਗਾ ਉਹ ਇਹਨਾਂ ਦੀ ਹਕਮਤ ਨੂੰ ਦੇ ਛੱਡਣਾ ਇੱਥੇ ਫੀਸਾਂ ਦੇ ਜ਼ਰੀਏ ਆਪਣਾ ਤੇ ਗੁਜ਼ਰਪਾਣੀ ਮਸਾ ਆਪਣਾ ਤੇ ਗੁਜ਼ਾਰਾ ਪਾਣੀ ਮਸਾ ਹੀ ਹੋਣਾ ਇੱਥੇ ਆਪਣੇ ਬڑے ਭਰਾ ਸਿੱਖ ਵੇਖੇ ਜਿਹੜੇ YouTube ਤੇ ਹਲੇ ਤੀਥੀ ਵੇਖੀ ਦਿਨੇ ਉਹ ਦੱਸਦੇ ਨੇ ਅਸੀਂ ਇਸ ਤਰ੍ਹਾਂ ਫੀਸ ਮੈਨੇਜ ਕੀਤੀ ਇਹ ਉਹ ਪਤਾ ਲੱਗ ਜਾਂਦਾ ਉਹਨਾਂ ਦੇ ਕੋਲ ਉਹਨਾਂ ਦੇ ਆਰ ਦੱਸ ਦਿੰਦੇ ਨੇ ਕਿ ਵਿਚਾਰੇ ਤੰਗ ਹੀ ਨੇ ਸਟੂਡੈਂਟ ਲਾਈਫ ਦੇ ਵਿੱਚ ਇੱਥੇ ਰੈਂਟ ਦਾ ਮਸਾ ਇਹ ਉਹ ਹੁਣ ਮੇਰਾ ਸਵਾਲ ਸੀ ਕਿ ਮੈਂ ਵੀ ਇੱਥੇ ਆਣਾ ਸਟੱਡੀ ਵੀਜ਼ਾ ਟੇਟ ਕਰ ਜਾ ਵੇਟ ਕਰ ਜਾ ਉਮਰ ਕਿੰਨੀ ਹੈ ਆਪਣੀ ਮੇਰੀ ਹੀ ਹੈਗੀ 20 ਸਾਲ ਸਰ ਜੀ ਵੀ ਸਾਹਿਬ ਦੀ ਉਮਰ ਚ ਬੜੀ ਤਿਆਰੀ ਕਰ ਲਈ ਤੁਸੀਂ ਬੜੀ ਕਮਰ ਕੱਸ ਲਈਏ ਵੈਸੇ ਮਾਲੂਮਾਤ ਕਾਫੀ ਹਾਸਲ ਕਰ ਲਈ YouTube ਤੋਂ ਦੋਸਤਾਂ ਤੋਂ ਕਜ਼ਨ ਤੋਂ ਕਾਫੀ ਮੈਂ ਇੰਪ੍ਰੈਸ ਹੋ ਗਿਆ ਤੁਹਾਡੇ ਜਿਹੜੀ ਤਿਆਰੀ ਤੁਹਾਡੇ ਮਨਸੂਬੇ ਦੇਖ ਕੇ ਹਾਂਜੀ ਅੱਛਾ ਚਲੋ ਹੁਣ ਸਵਾਲ ਤੇ ਸਵਾਲ ਤੇ ਆ ਜਾਓ ਆਪਣੇ ਨੈੱਟ ਤੇ ਬਹੁਤ ਕੁਝ ਹੈਗਾ ਅਗਰ ਬੰਦਾ ਸਹੀ ਇਨਫਰਮੇਸ਼ਨ ਲੇ ਮਿਸ ਪੂਜਾ ਦੇ ਗਾਣੇ ਨਾ ਸੁਨੇ ਕਿ ਨਹੀਂ ਜੀ ਮਿਸ ਪੂਜਾ ਤੇ ਨਹੀਂ ਚਲੋ ਮੈਂ ਤੁਹਾਨੂੰ ਦੱਸਦਾ ਮਿਸ ਪੂਜਾ ਤੇ ਮੈਂ ਨਹੀਂ ਦੇਖਦਾ ਬਹੁਤ ਟਾਈਮ ਚਿਰ ਹੋ ਗਿਆ ਮੈਂ ਦੇਖਦਾ ਮੈਂ ਤੇ ਜ਼ਿਆਦਾ ਟਾਈਮ ਮੈਂ ਦੇਖਦਾ ਜਿਹੜੇ ਤੁਹਾਡੇ ਜਿਹੜੇ ਪ੍ਰੋਗਰਾਮ ਹੁੰਦੇ ਆ ਆਰਵਾਈ ਡਿਜੀਟਲ ਇਹ ਹੁੰਦਾ ਤੁਹਾਡਾ ਜਿਹੜਾ ਇਹਦੇ ਵਫਾ ਜਾਂਦੇ ਹੋ ਤੁਸੀਂ ਦੇਖਿਆ ਪੁਰਾਣਾ ਬੜਾ ਮਸ਼ਹੂਰ ਹੋਇਆ ਇਹਦੇ ਵਫਾ ਹਾਂਜੀ 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 ਮੈਂ ਇਹਦੇ ਵਫਾ ਨੂੰ ਬੜਾ ਲਾਈਕ ਕੀਤਾ ਅੱਜ ਕੱਲ ਵੀ ਮੈਂ ਦੇਖ ਰਿਹਾ ਕੁਝ ਪ੍ਰੋਗਰਾਮ ਦੇਖ ਰਿਹਾ ਇੱਕ ਹੈ ਆਰਵਾਈ ਤੇ ਦੇਖ ਲਿਆ ਹਮ ਟੀਵੀ ਤੇ ਦੇਖ ਰਿਹਾ ਮੇਰੀ सबा कमर मेरी बड़ी फेवरेट है मैं चाहना पाकिस्तान दा वीजा लगे तो मैं सबा कमर मिलके एक पोच रही, रही है आवाज आ रही, है। आवाज, आ रही है। आवाज आ रही है नबील नबील मेरे ख्याल कट गए आवाज आ रही है हाँ जी हाँ बोलो बोलो अपना सवाल ते आओ एनीवे दे सम डिस्टरबेंस अपने सवाल ते आ जाओ कोई गल नहीं हां जी हाँ जी हाँ जी आवाज <laughs> लगता है कि बहुत देर के पहुंच दिए थे आवाज थोड़ी देर लगता आ नबील अपने सवाल ते आओ दे अ प्रॉब्लम इन योर इंटरनेट कनेक्शन अपने सवाल ते आओ सर जी ओ मेरा पूछना सी कि अगर मैं कनाडा ते स्टडी वीजा ते आ जाना या मैं इथे स्टडी वीजा दे आके साइलम कर सकदा ਜੀ ਇਹ ਕਿਹੜੀ ਗੱਲ ਕਰਤੀ ਤੁਸੀਂ ਅਸਾलम-ਮਸਾलम ਕਰਦੀ ਲੋੜ ਨਹੀਂ ਹੈ ਜੇਕਰ ਸਟੱਡੀ ਵੀਜ਼ਾ ਤੇ ਤੁਸੀਂ ਆ ਗਏ ਤੇ ਸਟੱਡੀ ਵੀਜ਼ਾ ਤੇ ਬਾਅਦ ਹੌਲੀ-ਹੌਲੀ ਤੁਸੀਂ ਵਰਕ ਪਰਮਿਟ ਲੈ ਕੇ ਪੱਕੇ ਆਪਣੇ ਆਪ ਹੀ ਹੋ ਜਾਓਗੇ ਨੌਕਰੀ ਇਨਸ਼ਾਅੱਲਾ ਤੁਹਾਨੂੰ ਮਿਲੇਗੀ ਬੜੇ ਹੁਸ਼ਿਆਰ ਸਮਝਦਾਰ ਹੋ ਤੁਸੀਂ ਆਪ ਤੁਹਾਨੂੰ ਜੌਬ ਹੋਰਾ ਮਿਲੇਗੀ ਨੌਕਰੀ ਕਰਕੇ ਕਰੋਗੇ ਅਸਾलम ਦੀ ਲੋੜ ਨਹੀਂ ਪੈਣੀ ਰੈਫਿਊਜੀ ਅਸਾलम ਇਹ ਉਹਨਾਂ ਲਈ ਹੁੰਦਾ ਹੈ ਜਿਹੜੇ ਬਿਲਕੁਲ ਡਿਸਪੀਰੇਸ਼ਨ ਸਿਚੁਏਸ਼ਨ ਵਿੱਚ ਹੈ ਤੁਸੀਂ ਤੇ ਮਾਸ਼ਾਅੱਲਾ ਕਾਫੀ ਕੁਝ ਲੱਗਦੇ ਹੋ ਜਿਹੜੇ ਤੁਹਾਡੇ ਕੋਲ ਕਾਫੀ ਕੁਝ ਰਿਸੋਰਸ ਵਾਲਾ ਹੈ ਸਾਰੇ ਸਾਰੀਆਂ ਫੀਸਾਂ ਇਹਨਾਂ ਨੂੰ ਤੇ ਦੇ ਦੇਣੀਆਂ ਮਗਰੋਂ ਹੀ ਮਗਾਮਗਾ ਦੇਣੀਆਂ ਪਿੱਛੇ ਪਹਿਲੀ ਵੇਖ ਦੇਗੀ ਸਾਰੀ ਸਾਡੀ ਉਹ ਕੋਈ ਗੱਲ ਨਹੀਂ ਫੀਸ ਉਹ ਫੀਸ ਦੀ ਫਿਕਰ ਨਾ ਕਰੋ ਫੀਸ ਦੀ ਫਿਕਰ ਨਾ ਕਰੋ ਫੀਸ ਦੇ ਨਾਲ ਜਦ ਤੁਸੀਂ ਫੀਸ ਪੇ ਕਰੋਗੇ ਤੇ ਨਾਲ ਆਪਣਾ ਕਮਾਈ ਵੀ ਤੇ ਕਰੋਗੇ ਫੀਸ ਨੂੰ ਤੁਸੀਂ ਫੀਸ ਤੋਂ ਡਰੋ ਨਾ ਤੁਸੀਂ ਇਵੈਂਚੁਅਲੀ ਤਾਨੂੰ ਪੀਆਰ ਮਿਲਨੀ ਹੈ ਕੈਨੇਡਾ ਦੀ ਫੀਸ ਦਾ ਕੀ ਹੈ ਫੀਸ ਤੇ ਲੋਕੀ ਉਦਾਂ ਹੀ ਦਿਨ ਨੂੰ ਤਿਆਰ ਆ ਉਹਨਾਂ ਨੂੰ ਵੀਜ਼ਾ ਤੇ ਘੱਟੋ ਘੱਟ ਮਿਲੇ ਤੁਸੀਂ ਤੇ ਕਹਿ ਰਹੇ ਤੁਹਾਨੂੰ ਵੀਜ਼ਾ ਮਿਲ ਜਾਏਗਾ ਡੋਨਟ ਵਰੀ ਅਬਾਊਟ ਦ ਫੀਸ ਜਿੰਨੀ ਤੁਸੀਂ ਫੀਸ ਦੋਗੇ ਉਸ ਤੋਂ ਜ਼ਿਆਦਾ ਕਮਾਈ ਤੁਹਾਡੀ ਹੋ ਜਾਏਗੀ ਸੋ ਅਸਾਇਲਮ ਰੈਫਿਊਜੀ ਇੱਕ ਬਹੁਤ ਵਧੀਆ ਆਪਸ਼ਨ ਨਹੀਂ ਹੈ ਅਸਾਇਲਮ ਰੈਫਿਊਜੀ ਉਹਨਾਂ ਲਈ ਹੈ ਜਿਹੜੇ ਕਾਫੀ ਕੁਝ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਾਨ ਦੀ ਆਫਤ ਆਈ ਹੋਈ ਹੈ ਉਹ ਅਸਾਇਲਮ ਰੈਫਿਊਜੀ ਕਰਦੇ ਹਨ ਬਾਕੀ ਅਗਰ ਜੇ ਹੋ ਜਾਣਾ ਹੈ ਕਿ ਨਹੀਂ ਬੈਠ ਮੇਰੀ ਗੱਲ ਸੁਣ ਲੋ ਪਹਿਲਾ ਅਸਾलम ਰਿਫਿਊਜੀ ਅਗਰ ਜੀ ਖੁਦਾ ਦਾ ਖਾਸਾ ਨਾ ਹੋਇਆ ਫਿਰ ਤੁਹਾਡੀ ਡਿਪੋਰਟੇਸ਼ਨ ਹੈ ਫਿਰ ਬੈਕ ਟੂ ਪਾਕਿਸਤਾਨ ਹੋ ਜਾਣਾ ਕੰਮ ਸੋ ਇਸ ਕਰਕੇ ਇਸ ਵਕਤ ਤੁਹਾਡੀ ਉਮਰ ਛੋਟੀ ਹੈ 20 ਸਾਲ ਹੈ ਉਮਰ ਤੁਸੀਂ ਤਿਆਰੀ ਹੈ ਤੁਹਾਡੇ ਕੋਲ ਕਾਫੀ ਕੁਝ ਨੋਲੇਜ ਵੀ ਹੈ ਤੁਸੀਂ ਆਪਣਾ ਹਾਂ ਜੀ ਹਾਂ ਭਾਵੇਂ 4 ਸਾਲ ਨਾ ਪੜੋ 5 ਸਾਲ ਨਾ ਪੜੋ ਤੁਸੀਂ 2 ਸਾਲ ਹੀ ਪੜ ਲਓ 2 ਸਾਲ ਦਾ ਕੋਈ ਡਿਪਲੋਮਾ ਕਰ ਲਓ ਮੇਰਾ ਮੇਰਾ ਪੱਕਾ ਭਰੋਸਾ ਹੈ ਕਿ ਤੁਸੀਂ ਪੱਕੇ ਪੀਆਰ ਹੋ ਜਾਓਗੇ ਆਫਟਰ ਸਟੱਡਿੰਗ 2 ইয়ার্স ਪਰ ਤੁਸੀਂ ਜੌਬ ਕਰੋਗੇ ਫਿਰ ਜੌਬ ਮਿਲੇਗੀ 1-2 ਸਾਲ ਬਾਅਦ ਤੁਸੀਂ ਹੌਲੀ ਹੌਲੀ ਪੱਕੇ ਹੋ ਜਾਓਗੇ ਮੈਂ ਮੇਰੇ ਬੱਚੇ ਕੋਈ ਡਾਊਟ ਨਹੀਂ ਹੈ ਕਿ ਤੁਸੀਂ ਪੱਕੇ ਨਹੀਂ ਹੋਗੇ ਚਲੋ ਜੀ ਅੱਲਾਹ ਕਰੇ ਤੁਹਾਡੀ ਦੁਆ ਕਬੂਲ ਹੋ ਜਾਏ ਨਹੀਂ ਜ਼ਰੂਰ ਕਬੂਲ ਹੋਏਗੀ ਜ਼ਰੂਰ ਕਬੂਲ ਹੋਏਗੀ ਜਿਹੜੇ ਜਿਹੜੇ ਲੋਕ ਆਪ ਆਪ ਤਿਆਰੀ ਕਰਦੇ ਹਨ ਜਿਹੜੇ ਆਪ ਨੌਲੇਜ ਹਾਸਲ ਕਰਦੇ ਹਨ ਜਿਹੜੇ ਆਪ ਸਹੀ ਰਸਤੇ ਦਾ ਚੋਣ ਕਰਨਾ ਚਾਹੁੰਦੇ ਹਨ ਕਿ ਵੀ ਆਹ ਚੀਜ਼ ਗਲਤ ਹੈ ਜੀ ਆਹ ਚੀਜ਼ ਸਹੀ ਹੈ ਠੀਕ ਹੈ ਜਿਹੜੇ ਇਸ ਪੁਆਇੰਟ ਤੇ ਡਿਸੀਜਨ ਲੈਣ ਦੀ ਹਿੰਮਤ ਰੱਖਦੇ ਹਨ ਉਹਨਾਂ ਦਾ ਅੱਲਾਹ ਕੰਮ ਠੀਕ ਹੀ ਕਰੇਗਾ ਹਾਂਜੀ ਹਾਂਜੀ ਜਾਨਕੀ ਓਪਰਚੁਨਿਟੀ ਨਹੀਂ ਅਸੀਂ ਕਰ ਨਹੀਂ ਸਕਦੇ ਅਪਲਾਈ ਤੁਸੀਂ ਕਰ ਸਕਦੇ ਹੋ ਅਪਲਾਈ ਮੈਂ ਨਹੀਂ ਕਿਹਾ ਕਰ ਨਹੀਂ ਸਕਦੇ ਅਪਲਾਈ ਕਰਨਾ ਤੇ ਪੋਸੀਬਲ ਹੈ ਲੇਕਿਨ ਜਿਹੜੇ ਅਸਾलम ਰਿਫਿਊਜੀ ਜਿਹੜੇ ਅਪਰੂਵਲ ਰੇਟ ਹੈ ਉਹ ਬਹੁਤ ਹੀ ਘੱਟ ਹੈ ਡਿਪੈਂਡ ਕਰਦਾ ਕਿ ਤੁਹਾਡੇ ਸਰਕਮਸਟੈਂਸਸ ਕੀ ਹੈ ਤੁਹਾਡੇ ਕੀ ਹਾਲਾਤ ਹੈ ਕੀ ਸਬੂਤ ਤੁਸੀਂ ਪੇਸ਼ ਕਰ ਰਹੇ ਹੋ ਤੁਹਾਡੀ ਕਹਾਣੀ ਕੀ ਹੈ ਜਿੰਨੂੰ ਕਹਿੰਦੇ ਆਪਾਂ ਪਰਸੀਕਿਊਸ਼ਨ ਸੋ ਇਸ ਵਕਤ ਮੈਂ ਤੁਹਾਨੂੰ ਸਿਰਫ ਹਿਦਾਇਤ ਮੇਰੀ ਹੈ ਕਿ ਇਸ ਵਕਤ ਅਸਾਲਮ ਰੈਫਿਊਜੀ ਦੇ ਬਾਰੇ ਸੋਚਣਾ ਪਲੈਨਿੰਗ ਕਰਨਾ ਇੱਕ ਵੇਸਟ ਆਫ ਟਾਈਮ ਹੈ ਤੁਹਾਡੇ ਲਈ ਇਸ ਵਕਤ ਤੁਸੀਂ ਫੋਕਸ ਕਰੋ ਆਪਣੀ ਇੰਗਲਿਸ਼ ਦੀ ਤਿਆਰੀ ਆਈ ਐਲਟੀ ਐਸ ਕਰੋ ਤੇ ਵਧੀਆ ਵਧੀਆ ਯੂਨੀਵਰਸਿਟੀਜ਼ ਚੂਜ਼ ਕਰਕੇ ਆਪਣਾ ਸਟੂਡੈਂਟ ਵੀਜ਼ਾ ਲੋ ਹਾਂਜੀ ਤੇ ਉਹ ਨਾ ਮੇਰਾ ਕਜ਼ਨ ਹੈ ਉਹ ਕੈਨੇਡਾ ਦੇ ਵਿੱਚ ਹੀ ਇੱਥੇ ਟ੍ਰਾਂਟੋ ਦੇ ਵਿੱਚ ਉਹਨੇ ਕਿਹਾ ਸੀ ਹੋ ਜਾਂਦਾ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ ਇੰਨੇ ਸਾਡੇ ਸੇਖੋ ਦੂਸਰੇ ਪੰਜਾਬ ਦੇ ਭਰਾ ਗਏ ਨੇ ਉਹ ਭਾਂਚੋ ਜੁੱਤੀਆਂ ਟੁੱਟ ਜਾਂਦੀਆਂ ਉਹ ਦੱਸਦੇ ਅਸੀਂ ਭੁੱਖੇ ਰੇ ਇਸ ਤਰ੍ਹਾਂ ਉਸ ਨਾਲ ਰੈਂਟ ਫੀਸ ਮੈਂ ਕਿਹਾ ਉਹ ਸਾਇਲਮ ਕਿਉਂ ਨਹੀਂ ਕਰਦੇ ਕਹਿੰਦੇ ਜਿਹੜੇ ਇੰਡੀਆ ਦਾ ਸਟੂਡੈਂਟ ਹੈ ਉਹ ਜ਼ਰਾ ਥੋੜਾ ਜਿਹਾ ਅੱਛਾ ਕੰਟਰੀ ਸਮਝੇ ਜਨਾਂ ਦੀ ਜੀਡੀਪੀ ਅੱਛੀ ਹੋ ਉਸ ਕੈਟੇਗਰੀ ਚ ਫਾਲ ਨਹੀਂ ਕਰਦੇ ਕਿ ਉਹ ਸਾਇਲਮ ਅਪਲਾਈ ਕਰਨ ਪਾਕਿਸਤਾਨ ਅਪਲਾਈ ਕਰਦਾ ਇਸੀ ਵਜ੍ਹਾ ਫਾਲ ਕਰ ਜਾਂਦਾ ਉਸ ਕੈਟੇਗਰੀ ਦੇ ਵਿੱਚ ਜਿੰਦੇ ਸਟੂਡੈਂਟ ਵੀ ਅਪਲਾਈ ਕਰ ਸਕੇ ਇਸੇ ਵਜ੍ਹਾ ਤੋਂ ਇੰਡੀਆ ਦਾ ਸਟੂਡੈਂਟ ਵੀਜ਼ਾ ਡਾਇਰੈਕਟ ਸਟ੍ਰੀਮ ਪ੍ਰੋਗਰਾਮ ਦੇ ਜ਼ਰੀਏ ਜ਼ਰਾ ਜਲਦੀ ਵੀ ਲੱਗ ਜਾਂਦਾ ਤੇ ਵੀਜ਼ਾ ਰੇਟ ਵੀ ਸਹੀ ਹੈ ਪਾਕਿਸਤਾਨ ਦੀ ਨਿਸਬਤ ਪਾਕਿਸਤਾਨੀਆਂ ਨੂੰ ਵੀਜ਼ਾ ਵੀ ਘੱਟ ਦਿੰਦੇ ਨੇ ਮੈਂ ਇਸ ਚੀਜ਼ ਨਾਲ ਮੈਂ ਇਸ ਚੀਜ਼ ਨਾਲ ਇਤਫਾਕ ਨਹੀਂ ਰੱਖਦਾ ਕਿ ਜੀ ਡੀ ਪੀ ਕਰਕੇ ਇੰਡੀਆ ਨੂੰ ਵੀਜ਼ਾ ਝਟ ਮਿਲ ਜਾਂਦਾ ਹੈ ਤੇ ਪਾਕਿਸਤਾਨੀ ਨੂੰ ਮਿਲਦਾ ਹੋ ਸਕਦਾ ਕਿ ਥੋੜਾ ਜਿਹਾ ਇਹ ਰੀਚ ਇਨ ਦਾ ਫਰਕ ਫਰਕ ਹੈ ਲੇਕਿਨ ਤੁਹਾਨੂੰ ਮੈਂ ਦੱਸ ਦਿਆਂ ਕਿ ਜੇ ਸਟੂਡੈਂਟ ਵੀਜ਼ਾ ਮਿਲ ਗਿਆ ਫਿਰ ਤੁਹਾਡੇ ਪੱਕੇ ਹੋਣ ਦੇ ਚਾਂਸ ਉਨੇ ਹੀ ਹੈ ਜਿੰਨੇ ਹੋ ਬਾਕੀ ਕੰਟਰੀ ਦੇ ਲੋਕ ਲੋਕਾਂ ਦੇ ਸੋ ਇਸ ਵਕਤ ਇਸ ਵਕਤ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਇਸ ਵਕਤ ਅਸਾलम ਰਿਫਿਊਜੀ ਜਿਹੜੀ ਚੀਜ਼ ਨੂੰ ਉੱਥੇ ਜਿਹਾ ਉੱਥੇ ਗੌਰ ਨਹੀਂ ਕਰਨਾ ਤੁਸੀਂ ਫੋਕਸ ਕਰੋ ਆਪਣੀ ਇੰਗਲਿਸ਼ ਇੰਪਰੂਵ ਕਰੋ ਆਪਣੇ ਡਾਕੂਮੈਂਟਸ ਇੰਪਰੂਵ ਕਰੋ ਜਾਓ ਤੁਸੀਂ ਕੈਨੇਡਾ ਜਾਓ ਕੈਨੇਡਾ ਜਦ ਪਹੁੰਚੋਗੇ 1 ਮਹੀਨੇ 2 ਮਹੀਨੇ ਬਾਅਦ ਫਿਰ ਤੁਸੀਂ ਕੈਨੇਡਾ ਤੋਂ ਮੈਨੂੰ ਫੋਨ ਕਰਨਾ ਫਿਰ ਆਪਾਂ ਗੱਲ ਕਰਾਂਗੇ ਇਸ ਆਲਮ ਰੈਫਿਊਜੀ ਦੇ ਬਾਰੇ ਤੇ ਇੱਕ ਮੇਰਾ ਲਾਸਟ ਕੁਐਸਚਨ ਸੀ ਜੀ ਕਿ ਅਗਰ ਅਸੀਂ ਕੈਨੇਡਾ ਦੇ ਵਿੱਚ ਆ ਗਏ ਉੱਥੋਂ ਅਸੀਂ ਅਮਰੀਕਾ ਚਲੇ ਜਾ ਸਕਦੇ ਹਾਂ ਈਜ਼ੀਲੀ ਕੋਈ ਮਸਲਾ ਨਹੀਂ ਠੀਕ ਥੋੜੀ ਹੌਲੀ ਹੌਲੀ ਸੜਾ ਹੌਸਲਾ ਕਰਕੇ ਉਹ ਪਹਿਲਾਂ ਤੁਸੀਂ ਛਾਲ ਮਾਰ ਦੋਗੇ ਕਿ ਅਮਰੀਕਾ ਨੂੰ ਤੁਸੀਂ ਜਰਾ ਕੈਨੇਡਾ ਟਿਕਾ ਲੋ ਪੈਰ ਬੈਰ ਤੇ ਸਾਡੀ ਗੱਲ ਤੋਂ ਸੁਣੋ ਨਾ ਮੇਰੀ ਜਰਾ ਥੋੜਾ ਜਿਹਾ ਸਵਾਲ ਹੀ ਇਸ ਵਾਸਤੇ ਤੁਹਾਨੂੰ ਫੋਨ ਕੀਤਾ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਆਨਸਰ ਕਰਦੇ ਪਏ ਕਿ ਮੈਂ ਕੈਨੇਡਾ ਦੇ ਸਟੱਡੀ ਵੀਜ਼ੇ ਤੇ ਆ ਗਿਆ ਓਕੇ ਠੀਕ ਉਥੋਂ ਮੈਂ ਅਮਰੀਕਾ इजीली ਚਲ ਜਾਂਦੇ ਮੁੰਡੇ ਜਾਂਦੇ ਨੇ ਕੋਈ ਡੀ ਰੋਕ ਟੋਕ ਨਹੀਂ ਓਕੇ ਠੀਕ ਠੀਕ ਹੈ ਮੈਂ ਜਾਂ ਅਮਰੀਕਾ ਦਾ ਸਟੱਡੀ ਵੀਜ਼ਾ ਲਵਾ ਲਿਆ ਉਥੋਂ ਮੈਂ ਕੈਨੇਡਾ ਆ ਜਾਇਆ ਜਾਂ ਕੈਨੇਡਾ ਦਾ ਲਵਾ ਕੇ ਅਮਰੀਕਾ ਚਲ ਜਾ ਇਟਸ ਇਸ ਤਰ੍ਹਾਂ ਸਾਈਲਮ ਹੋ ਜਾਂਦਾ ਦੇਖੋ ਆਪਣੇ ਦਿਮਾਗ ਨੂੰ ਥੋੜਾ ਠੰਡਾ ਕਰੋ ਹਾਂਜੀ ਦੋ ਦੋ ਗੱਲਾਂ ਇਹ ਮੁxtਲਫ ਗੱਲਾਂ ਨੇ ਇੱਕ ਤੇ ਅਸਾਲਮ ਹੈ ਅਸਾਲਮ ਤੁਸੀਂ ਲੈਣਾ ਨਹੀਂ ਹੈ ਇਸ ਵਕਤ ਮੇਰੀ ਗੱਲ ਸੁਣ ਲਓ ਪਹਿਲਾਂ ਇੱਕ ਉਹ ਇੱਕ ਨਾਲ ਲਿਖ ਲਓ ਕਾਗਜ਼ ਤੇ ਕਰਕੇ ਆਪਣੇ ਜੇਬ ਚ ਪਾ ਲਓ ਕਿ ਅਸਾਲਮ ਇਸ ਵਕਤ ਇਹ ਗੱਲ ਨਹੀਂ ਕਰਨੀ ਨਾ ਸਾਲਮ ਲੈਣਾ ਅਸਾਲਮ ਪੋਸੀਬਲ ਹੈ ਲੇਕਿਨ ਤੁਹਾਡੀ ਉਮਰ 20 ਸਾਲ ਹੈ ਤੁਹਾਡਾ ਕੇਸ ਫਰੈਸ਼ ਹੈ ਯੂ ਆਰ ਗੁੱਡ ਟੂ ਗੋ ਤੁਸੀਂ ਇਸ ਵਕਤ ਆਪਣੀ ਪੜ੍ਹਾਈ ਕਰਕੇ ਪਾਵੇ ਤੁਸੀਂ ਅਮਰੀਕਾ ਜਾਓ ਕੈਨੇਡਾ ਜਾਓ ਇੱਕ ਕੰਟਰੀ ਚੂਸ ਕਰ ਲਓ ਇਦਾਂ ਆਲ ਕੇ ਦੋ ਕਿਸ਼ਤਿਆਂ ਤੇ ਪੈਰ ਰੱਖ ਕੇ ਦੀ ਥੱਲੇ ਜੂ ਚਲੇ ਜਾਓ ਫਿਰ ਤੇ ਜਾਂ ਤੇ ਕੈਨੇਡਾ ਤੁਸੀਂ ਚੂਜ਼ ਕਰ ਲਓ ਜਾਂ ਅਮਰੀਕਾ ਚੂਜ਼ ਕਰ ਲਓ ਸਟੱਡੀ ਵੀਜ਼ਾ ਲੈ ਕੇ ਜਾਓ ਜੇ ਪੜ੍ਹਾਈ ਕਰਨੀ ਹੈ ਤੁਹਾਡੇ ਕੋਲ ਪੈਸਾ ਹੈ ਤੇ ਜੇ ਤੁਹਾਡੇ ਦੋਸਤ ਵੀ ਹੈ ਟੋਰਾਂਟੋ ਵਾਲਾ ਤੇ ਕੋਈ ਵੀ ਦੋ ਸਾਲ ਦੇ ਛੋਟੇ-ਬੁਡੇ ਕੋਰਸ ਵਿੱਚ ਐਡਮਿਸ਼ਨ ਲੈ ਲਓ ਤੇ ਆਪਣਾ ਪੜ੍ਹਾਈ ਕਰੋ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਫਿਰ ਤੱਕ ਤੁਹਾਡੇ ਦਿਮਾਗ ਠੰਡਾ ਹੋ ਜਾਏਗਾ ਫਿਰ ਤੁਸੀਂ ਮੈਨੂੰ ਫੋਨ ਕਰਨਾ ਫਿਰ ਆਪਾਂ 5 ਸਾਲਾਂ ਰਿਫਿਊਜੀ ਦੀ ਦੁਬਾਰਾ ਗੱਲ ਕਰਾਂਗੇ ਇਸ ਵਕਤ ਅਸ-ਸਲਾਮ ਆਦੇ ਬਾਰੇ ਗੱਲ ਕਰਨੀ ਇਸ ਵਕਤ ਇਸ ਵੇਸਟ ਆਫ ਯਰ ਟਾਈਮ ਤੁਹਾਡੇ ਰਿਸੋਰਸਸ ਦਾ ਤੁਹਾਡੇ ਜਵਾਨੀ ਦਾ ਤੁਹਾਡੇ ਜਿਹੜੇ ਅਗੇ ਫਿਊਚਰ ਦਾ ਇਸ ਵਕਤ ਹਾਂਜੀ ਠੀਕ ਹੋ ਗਿਆ ਭਾਈ ਇਹ ਤੁਸੀਂ ਪਹਿਲਾਂ ਇੰਡੀਆ ਪੰਜਾਬ ਕਿਹੜੀ ਜਗ੍ਹਾ ਤੋਂ ਸਰ ਜੀ ਲੰਬੀ ਕਹਾਣੀ ਹੋ ਜਾਏਗੀ ਮੇਰਾ ਤੇ ਮੇਰੇ माजी ਵੱਲ ਜਾਓਗੇ ਤੇ ਮੈਂ ਤੇ ਮੈਨੂੰ ਤੇ 26 ਸਾਲ ਹੋ ਗਏ ਬਾਹਰ ਰਹਿੰਦੇ ਹੋਏ ਸੋ ਬਹੁਤ ਲੰਬੀ ਲੰਬੀ ਗੱਲਬਾਤ ਚੱਲ ਚੱਲ ਪਏਗੀ ਪਰ ਇਸ ਹਾਂਜੀ ਜ਼ਿਲ੍ਹਾ ਕਿਡਾ ਸੀ ਤੁਹਾਡਾ ਜਦ ਤੁਸੀਂ ਪਹੁੰਚੋਗੇ ਆ ਕੇ ਜਦ ਸਕ੍ਰੀਟਾ ਆਓਗੇ ਤੁਹਾਨੂੰ ਫਿਰ ਤੁਹਾਡੇ ਸਾਹਮਣੇ ਬੈਠ ਕੇ ਤੁਸੀਂ ਆਓ ਮੈਨੂੰ ਮਿਲ ਮਿਲ ਕੇ ਆਓ ਮੇਰੇ ਨਾਲ ਚਾਹ ਚਾਹ ਪਾਨੀ શકો ਤੁਸੀਂ ਫਿਰ ਫਿਰ ਪਾ ਗੱਲ ਕਰਾਂਗੇ ਸੋ ਇਸ ਵਕਤ ਜਿਹੜੀ ਜਿਹੜੀ ਟਿਕਟ ਈਜ਼ੀ ਰਿਲੈਕਸ ਕਰੋ ਆਪਣੇ ਦੋਸਤਾਂ ਨੂੰ ਕਾਓ ਭਾਈ ਆਪਾਂ ਸਾਨੂੰ ਫੋਕਸ ਕਰਦੇ ਹੋ ਪੜਾਈ ਤੇ ਪੜਾਈ ਤੇ ਫੋਕਸ ਕਰੋ ਤੁਹਾਡੀ ਉਮਰ ਇਸ ਵੇਲੇ 20 ইয়ারਸ ਹੈ ਬਾਏ தி ਟਾਈਮ ਤੁਸੀਂ ਇਹ ਪੜਾਈ ਕਰੋਗੇ 2 ਸਾਲ ਤੱਕ ਜਾਂ ਵਾਟ ਐਵਰ 3 ਸੇ ਤੁਹਾਡੀ ਉਮਰ 22 23 ਮੇਰਾ ਮੇਰੇ ਮੇਰਾ मेरा सोचना है मेरी गारंटी है कि तुम पच्चीस साल तो पहला पहला कैनेडा कनाडा दे पीआर बन जाओगे आवाज कट रही है मेरे ख्याल आ नहीं रही है नवील शायद आवाज कुछ है प्रॉब्लम आवाज आ रही ठहर के पहुंच दिया सरो, चलो थैंक, थैंक यू थैंक यू थैंक यू वेरी मच रिलैक्स करो ते अल्लाह बेहतर करेगा फिर जो करना है बहुत शुक्रिया जी अल्लाह हाफिज़ الله كل